ਅਸੀਂ ਚੰਗਜ਼ਾਰ ਆ ਗਏ ਹਾਂ ਜੀ। ਅਤੇ ਚੰਗਜ਼ਾਰ ਜਿਹੜਾ ਨਾ ਗੂਗਲ ਪਿਕਸਲ 6 Pro ਦਾ ਨਾ ਪੈਨਲ ਪਤਾ ਕਰਨਾ ਸੀਗਾ ਕਿੰਨੇ ਦਾ ਵਾ, ਅਤੇ ਕਿਉਂਕਿ 6 Pro ਦਾ ਜਿਹੜਾ ਨਾ ਪੈਨਲ ਸਾਡਾ ਟੁੱਟ ਗਿਆ ਵਾ, ਅਤੇ ਦੇਖਦੇ ਹਾਂ ਕਿੰਨੇ ਦਾ ਵਾ। ਜਿੱਦਾਂ ਜੇ ਕੋਈ ਪਤਾ ਕਰ ਰਹੇ ਹਾਂ ਵੀ 22,000 ਦਾ ਕਹਿੰਦੇ ਆ, ਦੇਖੋ ਇੱਥੇ ਕਿੰਨੇ ਦਾ ਕਹਿੰਦੇ ਆ। ਅਤੇ ਇਹ ਤੁਸੀਂ ਜਿਹੜਾ ਨਾ ਚੰਗ ਬਾਜ਼ਾਰ ਦੀ ਸੂਰਤ ਹਾਲ ਦੇ ਸਕਦੇ ਹਾਂ, ਮਛਲੀ ਮਛਲੀ ਵਾਲਾ ਬਾਜ਼ਾਰ ਆ ਅੰਦਰ ਹੋ ਕੇ ਜੀ। ਦੋਸਤੋ ਮੋਬਾਈਲ ਰੀਅਲਮੀ ਦਾ ਨਾ A3 ਆ ਗਿਆ ਵਾ, ਅਤੇ ਲਵਾਂਗੇ ਮੋਬਾਈਲ ਇਹ ਭਾਈ ਕੋਲ ਲੈ ਰਹੇ ਹਾਂ ਅਸੀਂ। ਅਤੇ ਮੋਬਾਈਲ ਅਨਬੋਕਸ ਕਰਕੇ ਦੇਖਾਂਗੇ, ਸਾਨੂੰ ਵੀ ਬੈਕ ਵੀ ਦੇ ਰਹੇ ਹੈਗੇ। ਅਤੇ ਕਿੰਨੇ ਦਾ ਲੈ ਰਹੇ ਹਾਂ ਜੀ ਅਸੀਂ? ਜੀ ਭਾਈ ਜੀ ਜਾਨ ਹਮਾਰੇ ਪਾਸ ਆਏ ਹੈ, ਇਹਨਾਂ ਨੇ ਹਮ ਇਨਕੋ ਦੇ ਰਹੇ ਹੈ, ਕਿੰਨੇ ਮੈਂ ਦੇ ਰਹੇ ਭਾਈ ਜਾਨ ਆਪ ਖੁਦ ਪਤਾ ਨਹੀਂ। 22,500 का, इसमें 4 300 वाला आता है, हमने मोहब्बत करके इनको 4,128 वाला दे रहे हैं। और फोन की लुक देखेंगे और आप खुद बताना कैसी लुक है। अल्ट्रा जैसे सैमसंग के बड़े कैमरे वाले व्यू की लुक है, वो इससे 21,500 में है, 22,500। और फोन बहुत ही प्यारा फेस और दूर से वीडियो लुक है, ठीक है। तो मोबाइल हूँ लैके इतने, उस तो बाद चेक करके दसा की सूरत हाल आ। ਮੋਬਾਈਲ ਸਾਡਾ ਆ ਗਿਆ, ਹੁਣ ਇਹਨੂੰ ਅਨਬੋਕਸ ਕਰਕੇ ਨਾ ਦੇਖਾਂਗੇ। ਅਤੇ ਕਾਊਂਟਰ ਹੋਈ ਆ ਸਾਡਾ ਜੀ ਗਿੱਲ ਭਾਈ ਦਾ, ਅਤੇ ਮੋਬਾਈਲ ਅਨਬੋਕਸ ਹੋਣ ਲੱਗਾ ਜੀ। ਅਤੇ ਇਹ ਸਾਡੇ ਭਾਈ ਮੋਬਾਈਲ ਅਨਬੋਕਸ ਕਰ ਰਹੇ ਆ, ਅਤੇ ਸਮਾਂ ਭਾਈ ਦਾ ਮੋਬਾਈਲ ਆ, ਅਤੇ ਸਮਾਂ ਦਾ ਹੀ ਆ ਜੀ, ਇਹਦਾ ਹੀ ਆ ਮੋਬਾਈਲ, ਇਹ ਹੀ ਲੈ ਰਿਹਾ ਨਵਾਂ। ਅਤੇ ਦੇਖਦੇ ਹਾਂ ਕਿੱਦਾਂ ਜੀ ਲੁੱਕ ਨਿਕਲਦੀ। ਲੁੱਕ ਦੇਖ ਸਕਦੇ ਹਾਂ ਜੀ, ਰੈਡਮੀ A3, ਠੀਕ ਹੈ ਜੀ। ਅਤੇ ਸਮਾਂ ਸਾਹਿਬ ਚਲਾਉਣਗੇ, ਅਤੇ ਦੇਖ ਚਲਾ ਕੇ ਦੱਸਾਂਗੇ ਇਹਦੀ ਕੀ ਸੂਰਤ ਹਾਲ ਆ, ਚੰਗਾ ਚੱਲਦਾ ਕਿ ਮੰਦਾ ਚੱਲਦਾ ਜੀ, ਠੀਕ ਹੈ ਨਾ। ਮੋਬਾਈਲ ਦੀ ਲੁੱਕ ਚੰਗੀ ਆ, ਬਾਕੀ ਦੇਖੋ ਅਤੇ ਚੱਲਦਾ ਕਿੱਦਾਂ ਵਾ, ਅਤੇ ਚੰਗਾ ਹੋਇਆ ਤੁਹਾਨੂੰ ਦੱਸਾਂਗੇ। ਚੀੜਾ ਲੱਗਦਾ ਇਹਨੂੰ ਵੀ, ਉਮਰ ਦੇਖੀ ਸਾਰੇ ਨੂੰ, ਅਸੀਂ ਸਾਰੇ ਮੋਬਾਈਲ ਜਿਹੜੇ ਨਾ ਫਰਿੱਜ ਰੱਖ ਕੇ ਆ ਜਾਏ। ਦੋਸਤੋ ਮੋਬਾਈਲ ਅਸੀਂ ਲੈ ਲਿਆ, ਮਾਰਕੀਟ ਦੇ ਵਿੱਚ ਆਏ ਸੀਗੇ, ਅਤੇ ਮੋਬਾਈਲ ਲੈ ਕੇ ਅਸੀਂ ਹੁਣ ਘਰ ਚੱਲੇ ਹਾਂ। ਅਤੇ ਮੋਟਰਸਾਈਕਲ ਸਾਡਾ ਆ ਖੜਾ, ਗਰਮ ਹੋਇਆ ਹੋਣਾ ਵਾ, ਦੇਖਦੇ ਹਾਂ ਕੀ ਸੂਰਤ ਹਾਲ ਆ। ਅਤੇ ਹੁਣ ਮੋਬਾਈਲ ਲੈ ਲਿਆ ਵਾ, ਘਰ ਜਾ ਕੇ ਮਿਲਦੇ ਹਾਂ ਹੁਣ। 2000 years later. ਦੋਸਤੋ ਘਰ ਆ ਗਏ ਹਾਂ ਜੀ, ਅਤੇ ਘਰ ਆਉਣ ਤੋਂ ਬਾਅਦ ਥੋੜ੍ਹਾ ਸਕੂਨ ਮਿਲਿਆ, ਗਰਮੀ ਬਹੁਤ ਆ, ਮੋਟਰਸਾਈਕਲ ਜਿਹੜਾ ਨਾ ਸਟਾਰਟ ਹੀ ਖੜਾ ਵਾ, ਇਹ ਫਿਲਹਾਲ ਹੋਰ ਨਾ ਹੋ ਜਾਵੇ। ਅਤੇ ਪਾਣੀ ਸਾਣੀ ਪੀਂਦੇ ਹਾਂ, ਫਰੈਸ਼ ਹੁੰਦੇ ਹਾਂ। ਅਤੇ ਵੀਡੀਓ ਅੱਛੀ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਲਾਜ਼ਮੀ ਕਰਿਓ। ਮਿਲਦੇ ਹਾਂ ਜੀ ਅਗਲੇ ਵਲੋਗ ਦੇ ਵਿੱਚ, ਅੱਲਾ ਹਾਫਿਜ਼।